ਹੈ ਕਿ ਬਹੁਤ ਜਗ੍ਹਾ ਇਨਕਰੋਚਮੈਂਟਸ ਬਹੁਤ ਜ਼ਿਆਦਾ ਵੱਧ ਗਏ ਨੇ ਜਿਹਦੇ ਕਰਕੇ ਟ੍ਰੈਫਿਕ ਜਿਹੜਾ ਉਹ ਪੀਕ ਆਰਸ ਜਿਹੜੇ ਹੁੰਦੇ ਨੇ ਸਵੇਰ ਦੇ 9 ਵਜੇ ਤੋਂ ਲੈ ਕੇ ਦੁਪਹਿਰ ਦੇ 3-4 ਵਜੇ ਤੱਕ ਬਹੁਤ ਜ਼ਿਆਦਾ ਵੱਧ ਗਿਆ ਸੀ ਅਤੇ ਅਸੀਂ ਰਿਪੀਟਿਡਲੀ ਇਹਨਾਂ ਨੂੰ ਨੋਟਿਸਿਸ ਦਿੱਤੇ ਨੇ ਇੱਦਾਂ ਨਹੀਂ ਹੈ ਕਿ ਅਸੀਂ ਬਿਲਕੁਲ ਆਲ ਆਫ ਅ ਸਡਨ ਇਹ ਐਕਸ਼ਨ ਲਿਆਏਗਾ ਰਿਪੀਟਿਡ ਨੋਟਿਸਿਸ ਗਏ ਨੇ ਹੁਣ ਤੱਕ 122 ਨੋਟਿਸਿਸ ਸਲੈਪ ਕੀਤੇ ਜਾ ਚੁੱਕੇ ਨੇ ਅਲੱਗ ਅਲੱਗ ਲੋਕਾਂ ਦੁਆਰਾ ਲੇਕਿਨ ਉਹਨਾਂ ਨੋਟਿਸਿਸ ਦੇ ਜਵਾਬ ਦੇ ਵਿੱਚ ਨਾ ਹੀ ਕਦੇ ਕੋਈ ਐਕਸ਼ਨ ਹੁੰਦਾ ਅਤੇ ਨਾ ਹੀ ਇਹ ਆਪਣੇ ਆਪ ਨੂੰ ਰੀਲੋਕੇਟ ਕਰਦੇ ਨੇ ਅਸੀਂ ਇੱਦਾਂ ਨਹੀਂ ਅਸੀਂ ਇਹਨਾਂ ਦੇ ਲਾਈਵਲੀਹੁੱਡ ਦੇ ਉੱਤੇ ਕਿਸੇ ਤਰ੍ਹਾਂ ਦੀ ਠੇਸ ਪਹੁੰਚਾਉਣਾ ਚਾਹੁੰਦੇ ਹਾਂ ਸਾਡਾ ਬਹੁਤ ਕਲੀਅਰ ਮੈਂਡੇਟ ਸੀਗਾ ਅਸੀਂ ਇਹਨਾਂ ਦੇ ਲਈ ਇੱਕ ਵੈਂਡਿੰਗ ਜ਼ੋਨ ਆਈਡੈਂਟੀਫਾਈ ਕੀਤੀ ਹੋਈ ਸੀ ਗੁਰੂ ਰਵਿਦਾਸ ਚੌਂਕ ਦੇ ਕੋਲ ਉੱਥੇ ਇਹਨਾਂ ਨੂੰ ਬਹੁਤ ਕਲੀਅਰਲੀ ਦੱਸਿਆ ਵੀ ਗਿਆ ਸੀਗਾ ਕਿ ਤੁਸੀਂ ਆਪਣੇ ਜਿੰਨੇ ਵੀ ਥੇਲੇ ਵਗੈਰਾ ਨੇ ਜਾਂ ਰੇੜੀਆਂ ਨੇ ਉਹ ਤੁਸੀਂ ਉੱਥੇ ਲਗਾ ਦਿਓ ਅਤੇ ਉੱਥੇ ਬਕਾਇਦਾ ਇਹਨਾਂ ਨੂੰ ਫੈਸਿਲਿਟੀ ਸਾਡੇ ਵੱਲੋਂ ਦਿੱਤੀਆਂ ਜਾਣੀਆਂ ਸੀ ਸਾਡੇ ਵੱਲੋਂ ਕਲੈਕਸ਼ਨ ਸੈਂਟਰਸ ਹੋਣੇ ਸੀ ਲੇਕਿਨ ਇਹਨਾਂ ਨੇ ਉਹਨਾਂ ਵਿੱਚੋਂ ਕੋਈ ਫੈਸਿਲਿਟੀ ਅਵੇਲ ਨਹੀਂ ਕੀਤੀ ਇਹਨਾਂ ਨੇ ਕਿਹਾ ਕਿ ਸਾਨੂੰ ਉੱਥੇ ਕਰਾਊਡ ਹੀ ਨਹੀਂ ਆਊਗਾ ਮੈਂ ਇਹਨਾਂ ਨੂੰ ਕਿਹਾ ਕਿ ਜਿੱਥੇ ਤੁਸੀਂ ਜਾਓਗੇ ਉੱਥੇ ਕਰਾਊਡ ਆਊਗਾ ਇਹ ਕਹਿੰਦੇ ਨੇ ਨਹੀਂ ਜਿੱਥੇ ਕਰਾਊਡ ਆਊਗਾ ਅਸੀਂ ਉੱਥੇ ਜਾਵਾਂਗੇ ਤਾਂ ਫਿਰ ਇਹ ਵਾਦ ਵਿਵਾਦ ਚੱਲਦਾ ਰਿਹਾ ਮਹੀਨਾ 2 ਮਹੀਨੇ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਕਰੀਟ ਸਟੈਪ ਇਹਨਾਂ ਵੱਲੋਂ ਨਹੀਂ ਲਿਆ ਗਿਆ ਤਾਂ ਸਾਨੂੰ ਮਜਬੂਰਨ ਅੱਜ ਬੁਲਡੋਜ਼ਰ ਅਤੇ ਇਹਦੇ ਸਮੇਤ ਇੱਕ ਐਵਿਕਸ਼ਨ ਡਰਾਈਵ ਕਰਨੀ ਪਈ ਹੈ ਹਲੇ ਵੀ ਅਸੀਂ ਬਹੁਤ ਜ਼ਿਆਦਾ ਲੀਨੀਅੰਟਲੀ ਬਿਹੇਵ ਕੀਤਾ ਬਹੁਤ ਸਾਰੇ ਇੱਦਾਂ ਦੇ ਸੀਗੇ ਜਿਹੜੇ ਏਜਡ ਸੀਗੇ ਕੋਈ ਵਿਮੈਨ ਸੀਗੀਆਂ ਜਿਨ੍ਹਾਂ ਦਾ ਠੇਲੇ ਵਗੈਰਾ ਸੀਗੇ ਉਹ ਅਸੀਂ ਨਹੀਂ ਚੁਕਾਏ ਅਤੇ ਇਹ ਜਿਹੜੀ ਕਵਾਇਦ ਹੈਗੀ ਆ ਪੂਰੇ ਸ਼ਹਿਰ ਨੂੰ ਕਲੀਨ ਕਰਨ ਦੀ ਇਹ ਆਉਣ ਵਾਲੇ 10 ਤੋਂ 15 ਦਿਨ ਤੱਕ ਜਾਰੀ ਰਹੂਗੀ ਐਵਿਕਸ਼ਨ ਨੋਟਿਸਿਸ ਵੀ ਜਾਰੀ ਰਹਿਣਗੇ ਅਤੇ ਜਿਵੇਂ ਹੀ ਪੂਰੀ ਪ੍ਰੋਸੈਸ ਕੰਪਲੀਟ ਹੁੰਦੀ ਹੈ ਅਸੀਂ ਤੁਹਾਨੂੰ ਅਪਡੇਟ ਕਰ ਦਾਂਗੇ ਇੱਦਾਂ ਦੇ ਐਕਸ਼ਨ ਨਗਰ ਕੌਂਸਲ ਦੇ ਵੱਲੋਂ ਕਈ ਵਾਰੀ ਕੀਤੇ ਗਏ ਨੇ ਲੇਕਿਨ ਜਿਹੜੇ ਲੋਕ ਨੂੰ ਫਿਰ ਨਹੀਂ ਮੰਨਦੇ ਕਿ ਫਿਰ ਦੂਜੇ ਤੀਜੇ ਦਿਨ ਬਾਅਦ ਜਦੋਂ ਜਾਂਦੇ ਹੋ ਤਾਂ ਘੰਟੇ ਬਾਅਦ ਫਿਰ ਉੱਥੇ ਅਕਰੋਚ ਹੋਈ ਹੁੰਦੀ ਹੈ ਐਤਕੀ ਨਹੀਂ ਹੋਊਗਾ ਇਹ ਮੇਰੀ ਗਰੰਟੀ ਹੈ ਮੈਂ ਆਪਣੇ ਟੈਨਿਓਰ ਦੇ ਵਿੱਚ ਇਹਨੂੰ ਇਨਕਰੋਚਮੈਂਟ ਫ੍ਰੀ ਕਰੂੰਗਾ ਦਿਸ ਇਜ਼ ਵਨ ਆਫ ਮਾਈ ਮਿਸ਼ਨਸ ਅਤੇ ਮੇਰੀ ਕਿਸੇ ਦੇ ਨਾਲ ਕੋਈ ਪਰਸਨਲ ਉਹ ਨਹੀਂ ਹੈਗੀ ਮੈਂ ਸਾਰਿਆਂ ਨੂੰ ਬਹੁਤ ਐਡੀਕੁਏਟ ਓਪਰਚੁਨਿਟੀ ਦਿੱਤੀ ਆ ਇੱਕ ਮਹੀਨਾ 15 ਦਿਨ ਤਕਰੀਬਨ 45 ਦਿਨ ਦਿੱਤੇ ਗਏ ਸੀਗੇ ਸਾਰਿਆਂ ਨੂੰ 45 ਦਿਨ ਦਾ ਟਾਈਮ ਆਈ ਥਿੰਕ ਮੋਰ ਦੈਨ ਇਨਫ ਹੁੰਦਾ ਸਾਰਿਆਂ ਦੇ ਲਈ ਇਹ ਕਰਨ ਦਾ ਲੇਕਿਨ ਕਿਸੇ ਨੇ ਕੁਝ ਨਹੀਂ ਕੀਤਾ ਤਾਂ ਸਾਨੂੰ ਇਹ ਕਰਨਾ ਪਿਆ ਸਰ ਕਿ ਕਾਨੋਵਾਲ ਦਾ ਏਰੀਆ ਵੀ ਹੈਗਾ ਜਾਂ ਕਾਨੋਵਾਲ ਚੌਂਕ ਹੈਗਾ ਉੱਥੇ ਬੜੀ ਅਸੀਂ ਇੱਕ ਵਾਰ ਦੇ ਵਿੱਚ ਹਲੇ ਇੱਕ ਸਟ੍ਰੈਚ ਆਫ ਏਰੀਆ ਆਈਡੈਂਟੀਫਾਈ ਕੀਤਾ 2-3 ਦਿਨ ਬਾਅਦ ਜਾਂ ਡਰਾਈਵ ਕਰੂਗੀ ਫਿਰ ਅਸੀਂ ਕੋਈ ਹੋਰ ਸਟ੍ਰੈਚ ਕਰਾਂਗੇ ਇੱਦਾਂ ਕਰਕੇ ਅਸੀਂ ਸੋਚਿਆ 5 ਜਾਂ 6 ਡਰਾਈਵਸ ਦੇ ਵਿੱਚ ਪੂਰੇ ਸ਼ਹਿਰ ਨੂੰ ਕਵਰ ਕਰੀਏ ਅੱਜ ਸਮਾਨ ਜ਼ਬਤ ਕੀਤਾ ਗਿਆ ਜੇ ਲੋਕ ਫਿਰ ਵੀ ਨਾ ਮੰਨੇ ਜੁਰਮਾਨੇ ਵੀ ਕੀਤੇ ਜਾਣਗੇ ਬਿਲਕੁਲ ਜੀ ਜੁਰਮਾਨੇ ਵੀ ਕੀਤੇ ਜਾਣਗੇ ਅਤੇ ਮੈਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਪੰਜਾਬ ਪਬਲਿਕ ਪ੍ਰੈਮਿਸਿਸ ਐਵਿਕਸ਼ਨ ਐਂਡ ਰੈਂਟ ਰਿਕਵਰੀ ਐਕਟ ਦੇ ਵਿੱਚ ਇੰਪ੍ਰਿਜ਼ਨਮੈਂਟ ਯਾਨੀ ਕਿ ਜੇਲ੍ਹ ਦਾ ਵੀ ਪ੍ਰਾਵਧਾਨ ਹੈਗਾ ਜੇ ਉਹ ਜੁਰਮਾਨੇ ਤੋਂ ਬਾਅਦ ਸਮਾਨ ਜ਼ਬਤ ਕਰਨ ਤੋਂ ਬਾਅਦ ਵੀ ਆਪਣਾ ਜਗ੍ਹਾ ਨੂੰ ਖਾਲੀ ਨਹੀਂ ਕਰਦੇ ਤਾਂ ਮੈਂ ਆਪਣੀ ਐਗਜ਼ੈਕਟਿਵ ਮੈਜਿਸਟੇਰੀਅਲ ਪਾਵਰਸ ਯੂਜ਼ ਕਰ ਸਕਦਾ ਹੈਗਾ ਟੂ ਇੰਪ੍ਰਿਜ਼ਨ ਦੈਮ ਹਾਲਾਂਕਿ ਜੋ ਕਿ ਨਹੀਂ ਕੀਤਾ ਜਾਊਗਾ ਓਬਵੀਅਸਲੀ ਐਨੀਥਿੰਗ ਦੈਟ ਇਜ਼ ਡਿਸਪ੍ਰਪੋਰਸ਼ਨੇਟ ਅਸੀਂ ਨਹੀਂ ਕਰਨਾ ਚਾਹੁੰਦੇ ਪਰ ਮੇਰੀ ਸਿਟੀਜ਼ਨ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਪਲੀਜ਼ ਸਾਡੇ ਨਾਲ ਕੋਆਪਰੇਟ ਕਰੋ ਅਸੀਂ ਤੁਹਾਨੂੰ 45 ਡੇਜ਼ ਦਿੱਤੇ ਨੇ ਅੱਜ ਦੀ ਡਰਾਈਵ ਤੋਂ ਬਾਅਦ ਅਸੀਂ ਤੁਹਾਨੂੰ ਇੱਕ ਵੀਕ ਹੋਰ ਦੇ ਰਹੇ ਹਾਂ ਪਲੀਜ਼ ਪਲੀਜ਼ ਕੋਆਪਰੇਟ ਵਿਦ ਅਸ ਐਂਡ ਚਲੋ ਆਪਾਂ ਮਿਲ ਕੇ ਸਾਰੇ ਇਕੱਠੇ ਗੁਰਦਾਸਪੁਰ ਨੂੰ ਇੱਕ ਗ੍ਰੀਨ ਐਂਡ ਕਲੀਨ ਸਿਟੀ ਬਣਾਈਏ ਥੈਂਕ ਯੂ ਸੋ